ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਪਿੰਡ ਹੈਗਾ ਨਾਗਰਾ, ਤਹਿਸੀਲ ਭਵਾਨੀਗੜ੍ਹ ਅਤੇ ਜ਼ਿਲ੍ਹਾ ਸੰਗਰੂਰ। ਇੱਕ ਤਾਂ ਸੂਈ ਹੋਈ ਵੱਛੀ ਦਿਖਾ ਦਾਂਗੇ, ਆਪ ਆ ਗਈ ਐਚ ਐਫ ਕਰੋਸ 'ਚ ਅਤੇ ਨਾਲ ਵੱਛੀ ਆ ਗਈ ਸਾਈ ਵਾਲ ਦੀ, ਅਤੇ ਇੱਕ ਤੁਹਾਨੂੰ ਸੱਜਣੋ ਦਿਖਾ ਦਾਂਗੇ ਆਹ ਝੋਟੀ, ਜਿਵੇਂ ਆਪਾਂ ਕਹਿ ਦਿੰਦੇ ਬੈਠਵੀਂ ਝੋਟੀ ਆ, ਕੱਦ ਨਹੀਂ ਹੈਗਾ ਬਾਹਲਾ ਜ਼ਿਆਦਾ ਡਬਲ, ਪਰ ਵੱਡੀਆਂ ਵੱਡੀਆਂ ਝੋਟੀਆਂ ਨੂੰ ਇਹ ਵਕਤ ਜ਼ਰੂਰ ਪਾ ਦੂਗੀ, ਜਦੋਂ ਸੂਣ ਦੇ ਨੇੜ ਲੱਗੂਗੀ ਨਾ। ਕੁਆਲਿਟੀ ਕਵੁਲਟੀ ਦਿਖਾ ਦੇਗਾ ਜੀ ਥਣਾ ਦੀ, ਫਿਰ ਬਾਈ ਨਾਲ ਕਰਾਉਂਦੇ ਹਾਂ ਗੱਲਬਾਤ, ਅਤੇ ਰੇਟ ਦੀ ਸਾਰੀ ਗੱਲਬਾਤ ਬਾਈ ਨਾਲ ਕਰਾ ਦੂੰਗਾ, ਦੋਵੇਂ ਪਸ਼ੂਆਂ ਦਾ ਰੇਟ ਵੀ ਵੀਡੀਓ 'ਚ ਹੀ ਕਰਾ ਦਾਂਗੇ। ਅਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ, ਰੇਟ ਆ ਜਿਹੜਾ ਰੇਟ ਆਪਣੀ ਵੀਡੀਓ ਦੇ ਵਿੱਚ ਸੱਜਣੋ ਇੱਕ ਫਿਕਸ ਜਿਹਾ ਹੀ ਹੁੰਦਾ, ਬਾਹਲਾ ਜ਼ਿਆਦਾ ਵੱਡਾ ਫਰਕ ਨਹੀਂ ਹੁੰਦਾ ਉਹਦੇ 'ਚ। ਆ ਜਾ ਬਾਈ, ਸਤਿ ਸ਼੍ਰੀ ਅਕਾਲ ਬਾਈ, ਕਿਵੇਂ ਆ? ਵਧੀਆ ਬਾਈ, ਚੜ੍ਹਦੀ ਕਲਾ? ਐਨ ਚੜ੍ਹਦੀ ਕਲਾ, ਮਾਲਕ ਦੀ ਕਿਰਪਾ। ਹਾਂ, ਫਿਰ ਗਾਈ ਤੋਂ ਕਰੀਏ ਸ਼ੁਰੂ ਕਿ ਝੋਟੀ ਤੋਂ? ਕਿਤੋਂ ਮਰਜ਼ੀ ਕਰ ਲਾ, ਫਰੀ ਨੇ ਦੋਏ, ਝੋਟੀ ਤੂੰ ਕਰ ਲਾ ਕਰ ਯਾਰ, ਕੀ ਮਾਰ ਕੈਮਰਾ ਤੋੜ ਖੋਲ ਕੇ ਇਹਨੂੰ ਦਿਖਾ, ਬਲਾ ਥਣ ਦਾ ਸਾਈਜ਼ ਦਿਖਾ ਯਾਰ, ਕਿੰਨਾ ਕਮਾਲ ਦਾ ਲੱਗਿਆ ਸੂਆ। ਕਿਹੜਾ ਬਾਈ ਸੂਆ? ਦੂਜਾ ਵੀਰੇ, ਦੂਜਾ ਸੂਆ ਸੂਣੀ ਆ। ਹਾਂ, ਕਿੰਨੇ ਕੁ ਦਿਨ ਕੱਢ ਦੂਗੀ ਬਾਈ? ਬਾਈ ਹਲੇ ਹਫ਼ਤਾ ਕੱਢ ਦੂਗੀ, ਗੂੰਦੇ ਮਾਰ ਰਹੀ ਆ। ਇੱਕ ਹਫ਼ਤੇ ਦੀ ਬਾਈ ਕਹਿੰਦਾ ਕੱਚੀ ਆ, ਪਰ ਪਲੀ ਪੁਲੀ ਵਾਲੀ ਹੋਈ ਆ ਝੋਟੀ। ਜੇ ਗੱਲ ਕਰ ਲਈਏ, ਜਿਵੇਂ ਤੁਹਾਨੂੰ ਮੈਂ ਇੱਕ ਕੱਲ ਝੋਟੀ ਦਿਖਾਈ ਸੀ ਨਾ, ਕੱਲ ਐ ਮੰਨ ਲਓ ਉਹਦੇ ਨਾਲ ਦੀ ਝੋਟੀ ਆ, ਬਿਲਕੁਲ ਬਰੀਕ ਚਮੜੇ ਦੇ ਵਿੱਚ ਆ ਗਈ, ਐ ਨੂੰ ਲੈ ਚੱਲ ਬਾਈ ਲੰਬੀ ਜੀ ਤੋੜ ਦੇ। ਇੱਥੋਂ ਗਾਂਹ ਵਾਲੇ ਬੰਨੇ ਆਰਡਰ ਦਿਖਾ ਦੇਂਗੇ ਜੀ, ਥਣ ਦਾ ਸਾਈਜ਼ ਦਿਖਾ ਦੇਂਗੇ, ਕਿੱਡਾ ਕਮਾਲ ਦਾ ਲੱਗਿਆ ਝੋਟੀ ਨੂੰ। ਕੱਦ ਜਿਵੇਂ ਤੁਹਾਨੂੰ ਆਖਿਆ ਮੈਂ ਝੋਟੀ ਬੈਠਵੀਂ ਆ, ਤੇ ਜਿੱਡੀ ਕੁ ਝੋਟੀ ਆਪ ਆ ਓਡਾ ਕੀ ਇਹ ਸੱਜਣੋ ਨਾ ਆਰਡਰ ਬਣਾ ਦੂਗੀ, ਚਮਕ ਦਮਕ ਵੀ ਚੰਗੀ ਆ। ਇੱਥੇ ਘੁਮਾ ਕੇ ਆਇਆ ਲੰਬੀ, ਖੜਾ ਲਾ ਬਾਈ, ਇਹ ਇੱਥੇ ਰੋਕ ਲਈ ਉਹਨਾਂ ਨੂੰ ਫੇਸ ਕਰਕੇ, ਇੱਥੇ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ, ਇਹ ਇੱਥੋਂ ਦਿਖਾ ਦੇ ਗਰੀ, ਲੰਬਾਈ ਲੰਬੂਈ ਦਿਖਾ ਦੇ, ਖੜਨੀ ਖੁੜਨੀ ਦਿਖਾ ਦੇ ਝੋਟੀ ਦੀ, ਹਰੇਕ ਪੱਖ ਤੋਂ ਚੈੱਕ ਕਰਾਏ ਤੇ ਵਿਊ ਕਰਕੇ ਥਣਾ ਦਾ ਸਾਈਜ਼ ਦਿਖਾ ਦੇ, ਥੋੜਾ ਪੈਰ ਗਾਂਹ ਕਰੀ ਬਾਈ ਇੱਕ, ਬਸ ਇੱਥੇ ਰੋਕ ਲੈ ਰੋਕ ਲਾ ਰੋਕ ਲਾ, ਇੱਥੋਂ ਦਿਖਾ ਦੇ ਥਣਾ ਦਾ ਗੈਪ, ਥਣ ਵੀ ਬਹੁਤ ਸੋਹਣਾ ਲੱਗਿਆ ਤੇ ਗੈਪ ਵੀ ਬਹੁਤ ਸੋਹਣਾ ਥਣਾ 'ਚ, ਜੇ ਗੱਲਬਾਤ ਕਰ ਲਈਏ ਇਹ ਇੱਥੋਂ ਦਿਖਾਊਗੀ, ਉਹ ਤੁਰੂਗੀ ਲੈ ਚੱਲ ਬਾਈ, ਐਂ ਦੀ ਲੰਬੀ ਲੰਬੀ ਵੀ ਚੰਗੀ ਆ, ਹਾਈਟ ਜਿਵੇਂ ਤੁਹਾਨੂੰ ਮੈਂ ਦੱਸੀ ਦਿੱਤੀ, ਪਰ ਵਜੂਦ ਬਾਹਲਾ ਚੰਗਾ ਝੋਟੀ ਦਾ, ਵਜਨ ਵਜੂਦ ਫੁੱਲ ਆ, ਚੜਾਈ ਫੁੱਲ ਆ ਉੱਤੋਂ, ਤੇ ਜਿੱਦਾਂ ਦਾ ਉਹਨੂੰ ਥਣ ਲੱਗਿਆ ਬਾਈ, ਚਵਾਈ ਵੀ ਫਿਰ ਇੱਦਾਂ ਦੀ ਆ, ਚਵਾਈ 'ਚ ਕਿੱਦਾਂ ਦੀ ਅਸਤਾਦ ਇਹ? ਓਕੇ ਵੀਰੇ, 100 ਦੀ 100 ਆ ਜਮਾ, ਜਿੱਦਾਂ ਦਾ ਥਣ ਲੱਗਿਆ ਚਵਾਈ ਵੀ ਮੋਟੀ ਜਮਾ ਪੋਲੀ ਹੋਊ ਵੀਰੇ, ਚਾਹੇ ਜਵਾਕ ਝੋਲੇ ਵੀ ਗਰੰਟੀ ਆ, ਜਮਾ ਪੋਲੀ ਹੋਊਗੀ, ਜਮਾ ਫੋਕੀ ਚਵਾਈ ਦੀ। ਹਾਂ, ਥਣਾਂ ਦੀ ਓਟ ਤੇ ਭੇਜ ਦਾਂਗੇ, ਆਪਾਂ ਭੇਜ ਦਾਂਗੇ ਵੀਰੇ, ਭੇਜ ਦਾਂਗੇ, ਦੁੱਧ ਦੀ ਓਟ ਤੇ ਵੀ ਭੇਜ ਦਾਂਗੇ ਝੋਟੀ ਨੂੰ ਆਪਾਂ। ਕਿੰਨੀ ਦੁੱਧ ਦੀ ਗਰੰਟੀ ਦੇ ਦੇਂਗੇ? ਵੀਰੇ 16 ਲੀਟਰ ਦੀ ਦੇ ਦਾਂਗੇ, ਮੈਂ 1 ਲੀਟਰ ਜਾਂ 20 ਕਰੀ ਲੀਟਰ ਘਟਾ ਦੇ ਤੈਨੂੰ, 15 ਹੀ ਦੇ ਦੇ, 15। ਮੈਂ ਕਹਿੰਦਾ ਯਾਰ 21 ਲੀਟਰ ਚ ਵਾਇਆ ਹੋਇਆ ਸਾਡਾ, ਉਹ ਕੰਮ ਨਹੀਂ ਹੈਗਾ, ਅਸੀਂ ਚੰਗੀ ਚੀਜ਼ੇ ਵਰਤਦੇ ਆਂ। ਇੱਥੋਂ ਦਿਖਾ ਕੇ ਜੀ ਆਰਡਰ ਹੋਏ, ਅੱਜ ਸਾਥੀ ਮਿਲ ਇੱਕ ਹਫ਼ਤਾ ਹਲੇ ਇਹ ਕੱਢਦੀ ਆ ਝੋਟੀ, ਆਰਡਰ ਬਣਾ ਦੂਗੀ ਸ਼ੂ ਤੱਕ ਦਾ, ਪਰ ਥਾਣੇ ਨੂੰ ਜਿੱਦਾਂ ਦਾ ਲੱਗਿਆ ਕਮਾਲ ਦਾ ਹੀ ਲੱਗਿਆ। ਮੇਲਿਆਂ ਦੇ ਮੋਹਰਾਂ ਲਵਾਈਆਂ ਹੋਈਆਂ ਨੇ ਸਾਡੀਆਂ, ਠੀਕ ਆ ਗੱਲ, ਉਹੀ ਨਹੀਂ ਹੈਗੀਆਂ, ਲਿਆ ਉਹਰਾ ਫੋਟੋ, ਫੋਟੋ ਵੀ ਦਿਖਾ ਦੇ, ਸਰਟੀਫਿਕੇਟ ਵੀ ਗੁੱਟੇ ਹੋਏ ਨੇ, ਇਹੀ ਜੀ ਗੱਲ ਨਹੀਂ ਲਾ ਮਾਰ ਗਿਆ ਜੀ ਕੈਮਰਾ ਇੱਧਰ। ਮਸਤਮਾਨੀ 2017 'ਚ ਮੇਲਾ ਲੱਗਿਆ ਜੀ, ਉੱਥੇ ਸ਼ੋਅ ਜਿੱਤਿਆ ਸੀ ਆਪਾਂ, ਪਹਿਲੀਆਂ ਜੀ ਸਟਾਰ ਰਿਹਾ ਬਾਈ, ਕਹਿੰਦਾ ਆ ਵੀ ਦਿਖਾ ਦੇ ਇੱਧਰਲੇ ਬੰਨਿਓ, ਚੰਗੀ ਚੀਜ਼ ਨੂੰ ਹੱਥ ਪਾਉਣੇ, ਮਾੜੀ ਨੂੰ ਨਹੀਂ ਪਾਉਂਦੇ। ਹਾਂ, ਤੇ ਬਾਈ ਹੋਰੀ ਸ਼ਕੀਨ ਚੰਗੀ ਚੀਜ਼ ਲੈਣ ਦੇ ਨੇ, ਕਿਉਂਕਿ ਜਿਹੜਾ ਸੱਜਣ ਯਾਰ ਲੰਬਾ ਟਾਈਮ ਇਹ ਚੀਜ਼ਾਂ 'ਚ ਵੇਚਰ ਜਾਂਦਾ, ਉਹੀ 16 ਲੀਟਰ ਦੀ ਗਰੰਟੀ ਦੇ ਦਾਂਗੇ ਗੱਟੀ ਦੀ ਆਪਾਂ ਯਾਰ, ਠੀਕ ਆ ਗੱਲ। ਹਾਂ, ਉਹ ਚਾਹੇ ਅਗਲਾ ਬਾਡੀ ਦੇ ਜਿੰਨਾ ਮਰਜ਼ੀ ਹੋ ਗਈਆਂ ਵੀ 20 ਵੀ ਕਹੀ ਜਾਂਦੇ ਨੇ ਵੀਡੀਓ ਤੇ, ਠੀਕ ਆ, ਆਈਆਂ ਹੀ ਝੋਟੀਆਂ ਦਾ, ਪਰ ਆਪਾਂ ਉਹ ਨਹੀਂ ਕਹਿੰਦੇ 16 ਲੀਟਰ ਆਪਾਂ ਗਰੰਟੀ ਦੇ ਦਾਂਗੇ, 16 ਕਿਲੋ ਦੀ ਓਟ। ਹਾਂ, ਦੋਏ ਚੀਜ਼ਾਂ ਦੇਖ ਲੈ, ਕੋਈ ਮਾੜੀਆਂ ਹੋਣ ਆਪਾਂ ਕਹਿ, ਪੈਸੇ ਕਿੰਨੇ ਲਵੇਂਗੇ ਇਹਦੀ? ਫਿਰ ਪੈਸੇ ਦਾ ਯਾਰ 1.5 ਲੈ ਲਾਂਗੇ, ਜਮੀ ਫਿਕਸ ਮੁੱਲ ਕਰ ਦੇ ਆਪਣੀ ਵੀਡੀਓ ਦੀ, ਜਮੀ ਜਮੀ ਫਿਕਸ ਛੋਟ ਛੱਪੇ ਜਿਹੜਾ, ਬਸ 1.37 ਦੀ ਝੋਟੀ ਦੇ ਦਾਂਗੇ ਯਾਰ, 1,37,000 ਦੀ ਝੋਟੀ ਮਿਲੂਗੀ, 16 ਕਿਲੋ ਦੀ ਮਿਲੂਗੀ, ਨਾਲ ਇਹਦੇ ਬਾਈ ਕਹਿੰਦਾ ਗਰੰਟੀ, ਹਾਈਟ ਤੁਹਾਨੂੰ ਫੇਰ ਦੱਸਿਆ, ਝੋਟੀ ਬੈਠਵੀਂ ਆ, ਚਾਹੇ ਨੇੜੇ ਆ ਕੇ ਦੇਖ ਲਿਓ,
ਪਰ ਕੱਢ ਦੂਗੀ ਦੁੱਧ ਦੱਧ ਵਾਲੇ ਚਿੱਬ ਜਿਹੜੇ ਹਿਸਾਬ ਨਾਲ ਇਹਦੀ ਕੁਆਲਿਟੀ ਆ ਉਹੀ ਗੱਲ ਆ, ਬੋਤੇ ਦੁੱਧ ਨਹੀਂ ਦਿੰਦੇ ਹੁੰਦੇ ਜ਼ਿਆਦਾ ਵੱਡੇ, ਨਸਲ ਨੇ ਦੁੱਧ ਦੇਣਾ ਹੁੰਦਾ ਵੀ ਜ਼ਿਆਦਾ ਕੱਦ ਕਾਠ ਦੇ ਵਿੱਚ ਯਾਦ ਰੱਖੋ ਯਾਰ, ਅਗਲਾ ਕਿਹੜਾ ਝੋਟੀ ਲੈ ਗਿਆ ਦੁਬਾਰੇ ਵੀ ਤੈਨੂੰ ਯਾਦ ਕਰੂ ਨਾਲੇ ਮੈਨੂੰ ਕਰੂ, ਠੀਕ ਹੈ ਗੱਲ, ਹਾਂ ਉਹ ਨਹੀਂ ਹੈਗਾ ਵੀ ਉਹ ਆ, ਠੀਕ ਹੈ ਗੱਲ, ਤੇ ਇੱਥੋਂ ਗਰੀ ਕਿੰਨੀ ਆਪਾਂ ਨੇ ਵੇਚੀਆਂ ਨੇ ਵੀਡੀਓ ਤੇ, ਸਿਰੇ ਹੀ ਵੇਚੀਆਂ ਨੇ, ਆਮ ਦੀ ਵੀਡੀਓ ਨਹੀਂ ਪਾਉਂਦੇ ਆਪਾਂ, ਠੀਕ ਹੈ ਗੱਲ, ਹੋਰ ਤਾਂ ਕੋਈ ਮਾੜੀ ਮੋਟੀ ਸਾਈਡ ਸੱਪਾ ਕੋਈ ਕਰਦੀ ਆ ਆਪਾਂ ਡੈਰੀ ਚ ਤੋਰਦਾ ਨੇ ਬਈ, ਉਹਨਾਂ ਦੇ ਚੱਲਦੀਆਂ ਨੇ, ਠੀਕ ਹੈ ਗੱਲ, ਹੈ ਆਪਾਂ ਕਿਹੜੀ ਚੀਜ਼ ਵੇਚਾਂਗੇ ਵੀਡੀਓ ਤੇ, ਉਪਰਾ ਕਰਕੇ ਬਾਈ ਕਹਿੰਦਾ ਮੇਰਾ ਖਿਆਲ ਇੱਕ ਦੋ ਦਿਨ ਪਹਿਲਾਂ ਸੂਪੀ ਹੈ ਨਾ, ਹਾਂ ਬਈ ਅੱਜ ਲਾਹੀ ਤੀ ਤੜਕੇ ਟੈਂਪੂ ਚੋਂ ਹੁਣ ਸੂਪੀ, ਸੂਈ ਹੁਣੀ ਆ ਆਪਣੇ ਸਾਹਮਣੇ, ਜੇਰ ਦੀ ਵੀਡੀਓ ਬਾਈ ਤੋਂ ਮੰਗਾ ਲਿਓ, ਹਾਂ ਉਹ ਮੰਗਾ ਲਿਓ, ਤੇ ਇੱਥੋਂ ਇਹਦੇ ਕੱਦ ਦਾ ਆਈਡੀਆ ਹੋ ਜਾਊਗਾ ਸਾਨੂੰ, ਕਿਉਂਕਿ ਮੈਂ ਸਾਨੂੰ ਪਤਾ ਲੱਗ ਜੂ ਕਿੰਨਾ ਕਿ ਦਿਨ ਹੈ ਖੜਾ, ਲੰਬੀ ਲੰਬੀ ਵੀ ਫੁੱਲ, ਇੱਕ ਤਾਂ ਹੁੰਦੀਆਂ ਡੋਂਗਲ ਜੀਆਂ ਵਹਿੜਾਂ, ਪਰ ਇਹਦਾ ਲੈਗ ਸਕੋਰ ਬੜਾ ਮਜ਼ਬੂਤ ਆ ਜਿਹੜੇ ਹਿਸਾਬ ਨਾਲ ਇਹਦਾ ਕੱਦ ਆ ਗਿਆ, ਸਵਾਦ ਹੀ ਕਿਵੇਂ ਬਾਈ ਇਹ, ਜਮਾ ਠੰਡੀ ਆ ਵੀਰੇ, ਕਿਵੇਂ ਮਰਜ਼ੀ ਹੱਥ ਫੇਰੀ ਜਾ, ਕੋਈ ਚੱਕਰ ਹੀ ਨਹੀਂ ਲੈ, ਸਵਾਦ ਹੀ ਠੰਡੀ ਆ ਜਿਵੇਂ ਐਡਾ ਜਾਂ ਮਰਜ਼ੀ ਧੋ ਰਹੀ ਮੋੜ ਕੇ। ਇਹ ਆ ਗਈ ਸੱਜਣੋ ਗਰਮੀ ਦੇ ਵਿੱਚ ਚੱਲਣ ਵਾਲੀ ਦੁੱਧੇ ਦਾ ਮੱਝਾਂ ਵਰਗਾ ਹੀ ਹੋਊਗਾ ਤੇ ਸ਼ੌਂਕ ਦੋ ਪੂਰੇ ਕਰ ਦੂਗੀ, ਐ ਨੂੰ ਚਲਾ ਲਾ ਬਾਈ ਜੇ ਇੱਧਰ ਨੂੰ ਲੈ ਚੱਲ, ਇੱਕ ਤਾਂ ਸਾਈ ਆਲ ਦੀ ਵੱਛੀ ਆ ਗਈ ਨਾਲ ਤੇ ਐਚ ਐਫ ਕ੍ਰੋਸ ਦੇ ਵਿੱਚ ਆ ਗਈ ਆਪ, ਵੱਡਾ ਪਹਿਲਾ ਇੱਕ ਦੋ ਦਿਨ ਪਹਿਲਾਂ ਕਰਕੇ ਵੀ ਪਸ਼ੂ ਕਈ ਵਾਰੀ ਉਹ ਬਣ ਜੂ ਬਾਈ, ਬਣ ਜੂ ਬਣ ਜੂ ਵੱਛੀ, ਬਥੇਰੀ ਬਣ ਜੂ, ਇੱਥੇ ਰੋਕ ਲਾ ਬਾਈ ਘੁਮਾ ਕੇ, ਇੱਥੋਂ ਕਰੀ ਲੰਬਾਈ ਦਿਖਾ ਦੀ, ਥਣ ਦਾ ਸਾਈਜ਼ ਦਿਖਾ ਦੀ, ਤੇ ਧਾਰਾ ਵੀ ਤੁਹਾਨੂੰ ਕੋਸ਼ਿਸ਼ ਰਹੂਗੀ ਵੀ ਇਹਨੇ ਮਾਰ ਕੇ ਦਿਖਾਵਾਂ ਮੈਂ, ਤਾਜ਼ੀ ਸੂਈ ਹੋਈ ਆ, ਲੈ ਚੱਲ ਬੱਚੇ ਦੀ ਕੋਈ ਗੱਲ ਨਹੀਂ ਪਰੇਸ਼ਾਨ ਨਾ ਕਰ, ਲੈ ਚੱਲ ਥੋੜਾ ਬੱਚੇ ਦਾ ਕਰਦੀ ਆ ਕਿਉਂਕਿ 2 ਘੰਟਿਆਂ ਨੂੰ ਦੁਬਾਰੇ ਵੀਡੀਓ ਮੰਗਾ ਕੇ ਦਾ ਆਰਡਰ ਚੈੱਕ ਕਰ ਲਿਓ ਤੁਸੀਂ, ਵੀਡੀਓ ਜਦੋਂ ਮੈਂ ਅਪਲੋਡ ਕਰਤੀ ਨਾ ਉਦੋਂ 2 ਘੰਟਿਆਂ ਬਾਅਦ ਬਾਈ ਤੋਂ ਵੀਡੀਓ ਮੰਗਾ ਲਿਓ, ਕਿਉਂਕਿ ਉਦੋਂ ਤੱਕ ਇਹਨੇ ਬੱਚੀ ਨੇ ਐਨ ਅੜ ਜਾਣਾ ਥੱਲਿਓਂ ਬਣ ਜਾਣਾ, ਜਿਹੜਾ ਪਸ਼ੂ ਇੱਕ ਦੋ ਦਿਨ ਪਹਿਲਾਂ ਸੂਪ ਆਉਂਦਾ ਨਾ ਉਹ ਰੈਡੀ ਹੋ ਜਾਣਾ ਬਾਈ ਬੱਚਾ ਚੱਟ ਕੇ, ਕਿਉਂਕਿ ਗਾਵਾਂ ਦਾ ਸੀਨ ਹੀ ਇਹ ਹੁੰਦਾ, ਬਾਕੀ ਬਾਈ ਥਣ ਦੇਖ ਲਾ ਸਕੂਟਰ ਦੇ ਮੂਠੇ ਜਰਗਾ ਲੱਗਿਆ ਹੋਇਆ, ਹਾਂ ਥਣ ਚੰਗਾ ਲੱਗਿਆ, ਥਣ ਉਹ ਨਹੀਂ ਹੈਗਾ ਵੀ ਭੈਣ ਦਾ ਚੁਟਕੀਆਂ ਜਾਂ ਹੋਣਗੀਆਂ ਚੂਈ ਜਾਊ ਬੰਦਾ, ਧਾਰਾਂ ਦਿਖਾ ਦੀਆਂ ਮਾਰ ਕੇ, ਹਾਂ ਬਾਈ ਚੱਲ ਮਾਰ, ਨਿਆਣਾ ਨੂਣਾ ਤਾਂ ਨਹੀਂ ਲੈਂਦੀ, ਕੋਈ ਚੱਕਰ ਨਹੀਂ ਪਾਉਣਾ ਪਾ ਦਾਨੇ, ਨਹੀਂ ਪਾਉਣਾ ਨਾ ਵੀ ਪਾ, ਐਂ ਮਾਰਦੇ ਜੈਂ ਮਰਵਾਉਂਦੀ ਆ, ਟੈਨਸ਼ਨ ਨਾ ਲੈ, ਕਿਵੇਂ ਤੈਨੂੰ ਤਸੱਲੀ ਲੱਗਦੀ ਉਹਨੂੰ ਉਹ ਅਗਲਾ ਉਵੇਂ ਕਰ, ਤਸੱਲੀ ਦਾ ਦੇਖਣ ਵਾਲੇ ਸੱਜਣਾ ਦੀ ਕਰਾਉਣੀ ਆਪਾਂ ਨੇ, ਲੈ ਧਾਰਾਂ ਤੁਹਾਨੂੰ ਕੋਈ ਬਾਈ ਨੇ ਬੱਚਾ ਨਹੀਂ ਲਾਇਆ, ਐਦਾਂ ਹੀ ਧਾਰਾਂ ਮਾਰ ਕੇ ਦਿਖਾ ਦਾਂਗੇ, ਇਦੂ ਠੰਡੀ ਦਾ ਕੀ ਹੋਊਗੀ, ਕਿਉਂਕਿ ਹੁਣੇ ਸੂਈ ਆ ਬਿਲਕੁਲ ਤਾਜ਼ੀ, ਦੋ ਦੋ ਧਾਰਾਂ ਤੁਹਾਨੂੰ ਐਂ ਮਰਵਾ ਦੇਣੇ, ਉਹਨੇ ਵੀ ਚੀਜ਼ ਆ ਨਾ ਤੁਹਾਨੂੰ ਇੱਕ ਆਈਡੀਆ ਮਿਲ ਜਾਣਾ ਚਵਾਈ ਦਾ, ਚਵਾਈ ਦਾ ਪੰਪ ਤੇ ਲੱਗਿਆ ਜਮੀ, ਅਗਲਿਆਂ ਚ ਵੀ ਮਾਰਦੇ ਬਾਈ, ਚਵਾਈ ਵਾਲਾ ਤਾਂ ਪੰਪ ਵਾਲਾ ਸਿਸਟਮ ਹੀ ਆ, ਫੁੱਲ ਮੁੰਨੀ ਦੱਬੀ ਜਾਂਦੇ ਉਨੀ ਮੂੰਹ ਹੋ ਜਾਊ ਖੁੱਲੀ ਜਾਊ, ਤੇ ਚਵਾਈ ਦੀ ਆ ਗਈ ਬਿਲਕੁਲ ਠੰਡੀ, ਗਰਲੈਂਡੋ ਨਾਲ ਦੀ ਚਵਾਈ ਆ ਗਈ, ਪਿਛਲਿਆਂ ਚੋਂ ਕਿਹੜਾ ਹੋਰ ਮਾਰਦੇ ਜੀ, ਬਸ ਛੱਡ ਦੇ ਬਾਈ, ਚਵਾਈ ਦੀ ਆ ਗਈ ਫੁੱਲ ਮੋਟੀ, ਨਾਲ ਆ ਗਈ ਇਹਦੇ ਸਾਈ ਵਾਲ ਦੀ ਬੱਚੀ, ਪੈਸੇ ਕਿੰਨੇ ਲੈ ਲਾਂਗੇ ਇਹਦੇ, ਪੈਸੇ ਵੀਰ ਇਹਨਾਂ ਦਾ ਲੱਖ ਵੀ ਮੰਗੀ ਜਾਂਦੇ ਨੇ ਲੋਕ, 95 ਵੀ ਮੰਗੀ ਜਾਂਦੇ ਨੇ, ਫਿਕਸ ਦੱਸੀ ਜੀ, ਪਰ ਆਪਾਂ ਨੇ 80,000 ਦੀ ਬੱਚੀ ਦੇ ਦਾਂਗੇ, 77 ਲਿਕੜ ਗਈ ਤੇਰੇ ਮੂੰਹ ਚੋਂ, 77 ਦੀ ਦੇ ਦਾਂਗੇ ਯਾਰ, ਕੋਈ ਚੱਕਰ ਨਹੀਂ, 77 ਤੇਰੇ ਮੂੰਹ ਚੋਂ ਲਿਕੜ ਗਿਆ, ਕੋਈ ਇੰਨਾ ਨਫਾ ਨਹੀਂ ਜਾਂ, ਜੇ ਕਹੇ ਵੀ ਨਫਾ ਨਹੀਂ ਹੈਗਾ, ਜੇ ਆਮ ਵਪਾਰੀ ਕੋਲੇ ਹੋਵੇ ਕਿ ਨਾ ਕਾਰੋਬਾਰੀ ਕੋਲੇ, ਠੀਕ ਹੈ, 1 ਲੱਖ ਰੁਪਏ ਦੀ ਬੱਚੀ ਵੇਚ ਦੂਗਾ, ਕੱਦ ਦਿਖਾ ਨਾਲ ਪਰਲੇ ਬਸ ਇੱਥੇ ਕਰਕੇ, 1 ਲੱਖ ਰੁਪਏ ਦੀ ਬੱਚੀ ਵੇਚ ਦੂਗਾ ਬਈ ਅਗਲਾ, ਕਿ ਮੈਨੂੰ ਨੌ ਚੱਲਦਾ ਪ੍ਰਦੀਪ ਉਹਨਾਂ ਦੇ ਮਾਲ ਵਿਕਦਾ ਗਾਹਾਂ ਬਾਹਰ, ਉਹਨਾਂ ਕੋਲੇ ਲੱਖ ਦੀ ਬੱਚੀ ਆ, ਆਪਾਂ ਬਾਈ ਕਹਿੰਦਾ ਦੇ ਦਾਂਗੇ 77 ਦੀ, ਥੋੜੀ ਬਹੁਤੀ ਛੋਟ ਛੱਪਾ ਜਾਂ ਉਹਦੇ ਚੋਂ, ਆਪਾਂ ਤਾਂ ਬਸ ਇੱਕ ਦਿਖਾਉਣੀ ਨੇ ਡੰਗਰ ਵੀਡੀਓ ਤੇ, ਠੀਕ ਹੈ, ਆਪਾਂ ਨੂੰ ਨਫੇ ਦਾ ਲਾਲਚ ਨਹੀਂ ਹੈਗਾ, ਠੀਕ ਹੈ ਗੱਲ, ਹਾਂ ਤੇ ਨੰਬਰ ਬੋਲ ਦੇ ਬਾਈ ਤੇਰਾ, 75086 ਤੇ ਮਾਰ ਦੇ ਕੈਮਰਾ, ਠੀਕ ਹੈ ਜੀ, 75086 55051, ਕੰਧ ਤੇ ਲਿਖਿਆ ਪਿਆ ਗਰੀ ਆ ਮਾਰ ਦੇ ਕੈਮਰਾ, ਪਿੰਡ ਆ ਗਿਆ ਬਾਈ ਦਾ ਨਾਗਰਾ, ਤਹਿਸੀਲ ਭਵਾਨੀਗੜ੍ਹ,
ਯਲਾ ਬਾਈ ਹੋਰਾਂ ਦਾ ਆਪਣੇ ਵਾਲਾ ਰਹਿ ਜਾਂਦਾ ਸੰਗਰੂਰ, ਇੱਕ ਤਾਂ ਝੋਟੀ ਦਿਖਾਤੀ ਸਵਾ ਦੀ ਬਿਲਕੁਲ ਠੰਡੀ 16 ਕਿਲੋ ਦੀ ਮਿਲੂਗੀ ਗਰੰਟੀ, ਤੇ ਇੱਕ ਤਾਜ਼ੀ ਬੱਚੀ ਦਿਖਾਤੀ ਨਾਲ ਵੀ ਬੱਚੀ ਆ, ਸੰਪਰਕ ਬਾਈ ਨਾਲ ਕਰ ਲਿਓ। ਧੰਨਵਾਦ ਜੀ।